ਹੈਲੋ ਗਾਇਸ, ਹੈਲੋ ਗਾਇਸ, ਤੇ ਹਾਂਜੀ ਕੀ ਕਰਦੇ ਪਏ ਆਪਾਂ? ਮੈਂ ਬੱਚੇ ਮੰਗਦੇ ਸੀ ਕਾਫੀ, ਤੇ ਮੈਂ ਉਹਨਾਂ ਨੂੰ ਕਾਫੀ ਬਣਾ ਦਾ। ਬੱਚੇ ਮਤਲਬ ਕਿ ਜਿਹੜੇ ਸਾਡੇ ਰੂਮ ਚ ਵਾ ਨਾ ਰਹਿੰਦੇ, ਸ਼ੈਲਿਸਾ, ਮੋਨਿਕਾ। ਇੱਥੇ ਹੈਗੀ ਕਿਹੜੀ ਆ, ਕਿਹੜੀ ਬਣਾਉਣ ਲੱਗੇ ਆਪਾਂ? ਕੋਲਡ ਕਾਫੀ। ਹਾਂ ਹਾਂ, ਇਹਦੇ ਚ ਆਈਸ ਹੋਲ ਡਾਲ ਦੋ। ਆਈਸ ਹੋਲ ਡਾਲ, ਆਈਸ ਹੋਲ ਡਾਲ। ਕੋਈ ਡਾਈਟ ਵਾਲੇ ਗੁੱਡ ਮਾਰਨਿੰਗ ਗਾਇਸ, ਅਤੇ ਅੱਜ ਸਵੇਰ ਦਾ ਟਾਈਮ ਹੋ ਗਿਆ ਵਾ ਕੁਛ 10:15 ਹੋ ਗਿਆ, ਅਤੇ ਸਾਡੀਆਂ ਕੱਲ੍ਹ ਤੋਂ ਹੇਅਰ ਕਲਾਸਿਸ ਸ਼ੁਰੂ ਹੋ ਗਈਆਂ। ਮਤਲਬ 15 ਦਿਨ ਜਿਹੜਾ ਸੀ ਆਪਣਾ ਮੇਕਅਪ ਦਾ ਸੀਗਾ, ਅਤੇ 15 ਦਿਨ ਹੁਣ ਆਪਣੇ ਹੇਅਰ ਸਟਾਈਲ ਸ਼ੁਰੂ ਆ। ਕੱਲ੍ਹ ਸਾਨੂੰ ਸਿਰਫ ਦਿਖਾਇਆ ਸੀ ਕਿ ਪਾਰਟੀਸ਼ਨ ਕਰਨੇ, ਅਤੇ ਇੱਕ ਦਿਖਾਇਆ ਸੀਗਾ ਬਲੋ ਡਰਾਈ ਅਤੇ ਕ੍ਰਿਮਪਿੰਗ, ਅਤੇ ਇਹ ਦੋ ਚੀਜ਼ਾਂ ਮਤਲਬ ਬਹੁਤ ਬੇਸਿਕ ਵਿੱਚ ਉਹਨਾਂ ਸਿਖਾਇਆ। ਅਤੇ ਅੱਜ ਜਿਹੜਾ ਅੱਗੋਂ ਦਿਖਾਉਣਗੇ ਉਹ ਡੰਮੀਜ਼ 'ਤੇ ਸਿਖਾਉਂਦੇ ਆ, ਅਤੇ ਅੱਗੋਂ ਤੁਹਾਨੂੰ ਦਿਖਾਉਂਗੀ ਮੈਂ ਜਾ ਕੇ। ਅਤੇ ਜਾਣ ਦਾ ਟਾਈਮ ਸਾਡਾ 3 ਵਜੇ ਆ, 3 ਤੋਂ 6, 3 ਘੰਟੇ ਦੀ ਕਲਾਸ। ਹਾਂ, ਅਤੇ ਇੱਕ ਹੋਰ ਚੀਜ਼, ਜਿਵੇਂ ਸਾਡਾ 60,000 ਸੀ ਨਾ, 60,000 ਸਿਰਫ ਉਹ ਆਪਦੇ ਮੇਕਅਪ ਸਿਖਾਉਣ ਦੇ ਲੈਂਦੇ ਆ, ਬਾਕੀ ਸਾਰਾ ਖਰਚਾ ਆਪਾਂ ਖੁਦ ਹੋਰ ਕਰਨਾ ਹੁੰਦਾ, ਜਿਹੜਾ ਆਪਾਂ ਨੂੰ ਪਤਾ ਬਾਅਦ 'ਚ ਨਹੀਂ ਹੁੰਦਾ, ਉਹ ਬਾਅਦ 'ਚ ਹੋਰ ਲੱਗਦੇ ਆ, ਜਿਵੇਂ ਮਾਡਲਾਂ ਕਰਨੀਆਂ 800 ਦੀਆਂ, 1,000 ਦੀਆਂ, ਉਹ ਆਪਾਂ ਕਰਨਾ ਹੁੰਦਾ। ਅਤੇ ਉਹਨਾਂ ਸਿਰਫ ਪ੍ਰੋਡਕਟਸ ਦੇਣੇ ਹੁੰਦੇ ਇੰਨੇ ਇੰਨੇ, ਉਹ ਵੀ ਉਹਨਾਂ ਆਪਣੇ ਹੱਥ 'ਤੇ ਪਾ ਕੇ, ਫਾਊਂਡੇਸ਼ਨ ਲਾ ਲਓ, ਉਹ ਲਾ ਲਓ, ਹੈ ਨਾ, ਪੂਰੀ ਕਿੱਟ ਨਹੀਂ ਦੇਣੀ ਹੁੰਦੀ, ਥੋੜ੍ਹਾ ਥੋੜ੍ਹਾ ਪ੍ਰੋਡਕਟ ਉਹਨਾਂ ਨੇ, ਇੱਕ ਜਣਾ ਵਿੱਚ ਬੈਠ ਜਾਣਾ, ਉਹਨੇ ਆਪਣੇ ਥੋੜ੍ਹਾ ਥੋੜ੍ਹਾ ਪ੍ਰੋਡਕਟ ਦੇਣਾ, ਆਪਾਂ ਯੂਜ਼ ਕਰਨਾ ਉਹ, ਅਤੇ ਦੱਸਦੇ ਵਧੀਆ, ਵੈਸੇ ਮਾੜਾ ਨਹੀਂ ਆ, ਵਧੀਆ। ਅਤੇ ਹੋਰ ਹਾਂ, ਫਿਰ ਜਿਹੜਾ ਪੋਰਟਫੋਲੀਓ ਇੱਕ ਡੇ ਹੁੰਦਾ ਜਿਹੜਾ ਸਾਡਾ 9 ਤਰੀਕ ਨੂੰ ਆ, ਕਿ ਅਸੀਂ ਇੱਕ ਮਾਡਲ ਮੈਂ ਕੀਤੀ ਆ, 1700 ਦੀ ਆ ਮਾਡਲ ਜਿਹੜੀ ਮੈਂ ਤਿਆਰ ਕਰਨੀ ਆ, ਅਤੇ ਉਹਦਾ ਸ਼ੂਟ ਹੋਣਾ ਵਾ, ਅਤੇ ਉਹ ਵੀ ਅਸੀਂ 1700 ਦੀ ਕੀਤੀ ਆ। ਉਹਦਾ ਲਹਿੰਗਾ ਅੱਜ ਅਸੀਂ ਵੇਖਣ ਜਾਣਾ ਵਾ, ਉਹ ਵੀ ਤੁਹਾਨੂੰ ਦਿਖਾਵਾਂਗੇ। ਲਹਿੰਗਾ ਉਹਦਾ ਕਰਨਾ ਅਸੀਂ 1500 ਵਿੱਚ, ਅਤੇ ਨਾਲ ਹੀ ਜਵੈਲਰੀ, ਉਹ ਵੀ ਸਾਡਾ ਹੀ ਖਰਚਾ ਵਾ ਜਿਹੜਾ ਸਾਨੂੰ ਨਹੀਂ ਪਤਾ ਸੀ। ਅਤੇ ਸ਼ਾਮ ਨੂੰ ਜਾਵਾਂਗੇ, ਤੁਹਾਨੂੰ ਜ਼ਰੂਰ ਦਿਖਾਵਾਂਗੇ। ਅਤੇ ਹੁਣ ਮੇਰਾ ਟਾਈਮ ਸੀ ਦਵਾਈ ਖਾਣ ਦਾ, ਹੋਮੋਪੈਥਿਕ, ਅਤੇ ਹੁਣ ਇਹ ਖਾ ਲਈਏ, ਫਿਰ ਤੁਹਾਨੂੰ ਬਾਅਦ 'ਚ ਮਿਲਦੇ ਹਾਂ। ਚਲੋ ਗਾਇਸ, ਅਤੇ ਹੁਣ ਅਸੀਂ ਜਾਂਦੇ ਪਏ ਹਾਂ, ਰੌਲਾ ਹੀ ਬਹੁਤ ਆ। ਅਤੇ ਹੁਣ ਗਾਇਸ ਅਸੀਂ ਜਾਂਦੇ ਪਏ ਹਾਂ ਆਪਣਾ ਹੇਅਰ ਸਟਾਈਲ ਦੀ ਕਲਾਸ ਲਾਉਣ। ਅੱਜ ਉਹਨਾਂ ਕਰਲਸ ਸਿਖਾਉਣੇ ਆ, ਕਿਹੜੇ ਕਿਹੜੇ ਜਾ ਕੇ ਪਤਾ ਲੱਗੂ। ਹਾਂ, 2 ਤਰ੍ਹਾਂ ਦੇ ਸਿਖਾਉਣੇ ਆ, ਅਤੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਸਿਖਾਉਂਦੇ ਆ। ਟਾਈਮ ਨਾਲ ਪਹੁੰਚੀਏ, ਨਹੀਂ ਤਾਂ ਡੰਮੀਆਂ ਹੀ ਨਹੀਂ ਮਿਲਦੀਆਂ। ਗਰਮੀ ਬਹੁਤ, ਧੁੱਪ ਬਹੁਤ, ਮਤਲਬ। ਹਾਂਜੀ, ਚਲੋ ਗਾਇਸ, ਅਤੇ ਆਵਾਜ਼ ਥੋੜ੍ਹੀ ਥੱਲੇ ਰੱਖਣੀ ਪੈਣੀ ਆ। ਅਤੇ ਹੁਣ ਆਹ ਜਿਹੜੀ ਡੰਮੀ ਆ ਇਹਦੇ ਉੱਤੇ ਹੇਅਰ ਸਟਾਈਲ ਕਰਨੇ ਆ। ਹੁਣ ਮੈਂ ਉਹਨੂੰ ਕਰਨ ਲੱਗੀ ਸਾਫ਼, ਸਭ ਤੋਂ ਪਹਿਲਾਂ ਡਰਾਇਰ ਨਾਲ ਬਲੋ ਡਰਾਈ ਕਰਨਾ ਵਾ, ਅਤੇ ਫਿਰ ਆਪਾਂ ਕਰਨਾ ਇਹਦੇ ਕ੍ਰਿਮਪਿੰਗ ਨਹੀਂ ਹੁਣ ਕਰਨੀ, ਹੈ ਨਾ। ਹੁਣ ਫਿਰ ਕਰਲਸ ਸਿਖਾਉਣਗੇ ਸਾਨੂੰ, ਅਤੇ ਇੱਦਾਂ ਸਭ ਨੇ ਹੁਣ ਕੀ ਕਰਨ ਲੱਗੇ, ਹੁਣ ਕੀ ਕਰਨ ਲੱਗੇ। ਚਲੋ ਹੁਣ ਤੇ ਗਾਇਸ ਹੁਣ ਅਸੀਂ ਬਹੁਤ ਵਿਹਲੇ ਬੈਠੇ ਆ, ਕਿਉਂਕਿ ਅਸੀਂ ਆਪਾਂ ਕਿੰਨੇ ਜਾਣੇ, 12 ਕੁ ਜਾਣੇ ਆ, ਹੈ ਨਾ, ਤੇ ਇੱਥੇ ਉਸ ਹਿਸਾਬ ਨਾਲ ਸ਼ੋਰਟੇਜ ਆ ਸਟੇਟਨਰਾਂ ਦੀ, ਡਰਾਇਰ ਦੀ, ਇੰਨੇ ਹੋ ਵੀ ਨਹੀਂ ਸਕਦੇ, ਹੈ ਨਾ, ਕਿਤੇ। ਬਾਕੀ ਕਰਦੇ ਪੈਸੇ, ਇਤਨਾ ਸੈਕਸ਼ਨ ਲਿਆ।
ठीक है जी, एक बार इसको स्ट्रेट कर लेना है, हेयर को स्ट्रेट कर लिया, नीट कर लेना है अच्छे से, नीट करके ओपन टॉन्ग हमने ओपन की, इनकी तरफ जाना हमने अपने से ऑपोजिट, ठीक है, ऐसे घुमा लेना है। पहले हमारी टॉन्ग ऐसे थी उल्टी, अब हम इसको सीधी करेंगे, ऊपर नंबर आ जाएगा, फिर इसको उठाया तो रोल कर देना, फिर उठाया रोल कर देना, फिर उठाया ऐसे, ये हमारे कवर्स है सारे नंबर्स की, एक ऐसे ही करने हैं सबके, सबके ऐसे ही करने हैं आपने। नंबर्स का क्या फर्क है? नंबर 19 से पतले कर्ल्स आएंगे, जिनके बहुत लाइट हेयर होते हैं उनको हम 1960। अपना टॉन्ग कितने का बंदा? 3000 के करीब तो है ही है। रोल करके ऊपर ले जाना इसका मुंह इधर को। चलो गाइस, तो हुण असीं चलने आ ਜਿਹੜੀਆਂ ਸਾਡੀਆਂ ਮਾਡਲਾਂ ਉਹਨਾਂ ਲਈ ਲੈਣ, ਅਸੀਂ ਲਹਿੰਗੇ ਲਹਿੰਗੇ ਕਰਨ ਚੱਲੇ ਹਾਂ ਅਸੀਂ, ਅਤੇ ਬਾਕੀ ਅੱਗੋਂ ਮੈਂ ਹੇਅਰ ਸਟਾਈਲ ਤਾਂ ਨਹੀਂ ਦਿਖਾਏ ਕਿਉਂਕਿ ਜੋ ਡੰਮੀ ਸੀ ਨਾ ਉਹਨਾਂ ਦੇ ਵਾਲ ਵਧੀਆ ਨਹੀਂ ਸੀਗੇ, ਉਹ ਫਿਰ ਤਾਂ ਕਰਕੇ ਨਾ ਮਤਲਬ ਦਿਖਾਈ ਨਹੀਂ ਪਾਈ ਮੈਂ, ਇੰਨੇ ਵਧੀਆ ਕਰਲਸ ਨਹੀਂ ਹੋਏ ਸੀ। ਅਤੇ ਬਸ ਹੁਣ ਅਸੀਂ ਚੱਲੇ ਹਾਂ, ਅਸੀਂ ਭਾਬੀ ਅਤੇ ਮੈਂ, ਅਸੀਂ ਉਹ ਮਾਡਲਾਂ ਦੇ ਲਹਿੰਗੇ ਵੇਖਣ, ਹੈ ਨਾ? ਆ ਜਾ ਚੱਲੀਏ। ਚਲੋ ਗਾਇਸ, ਅਤੇ ਹੁਣ ਅਸੀਂ ਜਾਂਦੇ ਪਏ ਹਾਂ ਬਾਜ਼ਾਰ 'ਚ ਲਹਿੰਗੇ ਦੇਖਣ, ਨਾਲ ਜਵੈਲਰੀ ਜੋ ਬ੍ਰਾਈਡਲ ਨੇ 9 ਤਰੀਕ ਨੂੰ ਪਾਉਣੀ ਆ। ਚਲੋ ਬਾਜ਼ਾਰ ਦਾ ਵੀ ਦੇਖੋ। ਹਾਂ ਚਲੋ ਗਾ, ਚਲੋ ਗਾਇਸ, ਅਤੇ ਆ ਗਈ ਆਪਣੇ ਲਹਿੰਗਿਆਂ ਦੀ ਸ਼ੌਪ। ਚਲੋ ਇੱਦਾਂ ਦੇ ਆ ਗਾਇਸ ਜੋ ਅਸੀਂ ਲਹਿੰਗੇ ਇੱਥੇ ਕਰਨ ਆਏ ਹਾਂ, ਹੁਣ ਇਹਨਾਂ ਵਿੱਚੋਂ ਇੱਕ ਪਸੰਦ ਕਰਦੇ ਹਾਂ। ਪਾਇਆ ਕੋਈ ਪਸੰਦ? ਮੈਨੂੰ ਆਹ ਸੋਹਣਾ ਲੱਗਾ ਵੇਖੀ, ਵੀਡੀਓ 'ਚ ਸੋਹਣਾ ਆਉਂਦਾ ਵੇਖ ਇੱਧਰ, ਹਾਂ ਵਧੀਆ ਆਉਂਦਾ ਪਿਆ, ਮੈਂ ਵੇਖਦੀ ਹਾਂ ਮੈਂ ਕਰਦੀ ਹਾਂ ਕੁਛ। ਚਲੋ ਗਾਇਸ, ਸਾਨੂੰ ਇੱਥੇ ਕੋਈ ਲਹਿੰਗਾ ਨਹੀਂ ਪਸੰਦ ਆਇਆ, ਅਸੀਂ ਕਿਹਾ ਬਾਹਰ ਆਲੇ ਦੁਆਲੇ ਕਿਤੇ ਵੇਖ ਲੈਂਦੇ ਹਾਂ, ਹੈ ਨਾ, ਤੁਹਾਨੂੰ ਗੁਰਦੁਆਰਾ ਦਿਖਾਉਂਦੇ ਹਾਂ। ਦੇਖੋ ਕਿੰਨਾ ਸੋਹਣਾ ਗੁਰਦੁਆਰਾ। ਚਲੋ ਗਾਇਸ, ਤੇ ਮੈਂ ਇਹ ਵਾਲਾ ਲਹਿੰਗਾ ਡਿਸਾਈਡ ਕੀਤਾ ਵਾ, ਘੁੰਮੀ ਹਾਂ ਸਹੀ ਆ, ਹੈ ਨਾ ਸੋਹਣਾ, ਇਹਦੇ ਨਾਲ ਹੀ ਜਵੈਲਰੀ ਕਰਕੇ ਵੇਖੀ ਪਾ ਕੇ, ਹੈ ਨਾ, ਆਇਓ। ਚਲੋ ਗਾਇਸ, ਤੇ ਆਪਾਂ ਜਵੈਲਰੀ ਵੀ ਕਰ ਲਈ ਆ, ਹੋ ਗਈ ਰੈੱਡ, ਹਾਂ ਫੁੱਲ ਮਖਾਣੇ ਤੇ ਨਾਲ ਗ੍ਰੀਨ ਟੀ, ਤੇ ਥੋੜਾ ਥੋੜਾ ਸੂਰਜ ਆ ਤੇ ਹਵਾ ਬਹੁਤ ਆ। ਚਲੋ ਗਾਇਸ, ਤੇ ਸਾਡਾ ਅੱਜ ਹੈਗਾ ਹੇਅਰ ਦਾ ਸੈਕਿੰਡ ਡੇ, ਤੇ ਅੱਜ ਕੱਲ ਸੀਗੇ ਕਰਲਸ ਸੀਗੇ ਪਾਉਂਦੇ ਪਾਏ ਸੀਗੇ ਕਲਰ ਨਾਲ, ਤੇ ਅੱਜ ਪਾਉਣੇ ਆ ਸਟੇਟਨਰ ਨਾਲ, ਤੇ ਦੇਖਦੇ ਆ ਤੇ ਸਿੱਖਦੇ ਆ ਕਿਵੇਂ ਆ, ਤੁਹਾਨੂੰ ਅੱਗੋਂ ਦਿਖਾਉਂਦੇ ਆ। ਅੱਜ ਡੇ 2 ਆ ਹੇਅਰ ਸਟਾਈਲ, ਮਤਲਬ 15 ਦਿਨ ਆਪਣਾ ਮੇਕਅਪ ਸਿਖਾਇਆ ਉਹਨਾਂ ਨੇ, 15 ਦਿਨ ਪੌੜੀਆਂ ਬੜੀਆਂ ਵਧੀਆ ਵਾ,
ਤੇ 15 ਦਿਨ ਹੁਣ ਸਟੇ ਹੇਅਰ ਸਟਾਈਲ ਤੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਉੱਥੇ ਕਿ ਹੇਅਰ ਸਟਾਈਲ ਕਿਵੇਂ। ਬਾਕੀ ਡਮੀਜ਼ ਨੇ ਬਿਲਕੁਲ ਵਧੀਆ, ਡਮੀਜ਼ ਕਹਿੰਦੇ ਕਿ ਖੁਦ ਲਵੋ ਆਪ, 2500 ਦੀ ਆਉਂਦੀ 3000 ਦੀ, ਉਹ ਖੁਦ ਲੈਣੀ ਪੈਂਦੀ। ਸਟੇਟਨਰ ਵੀ ਮਤਲਬ ਔਖਾ ਥੋੜ੍ਹਾ ਆ, ਮੈਨੂੰ ਤਾਂ ਕੱਲ੍ਹ ਆਏ ਹੀ ਨਹੀਂ ਸਟੇਟਨਰ, ਉਹ ਕਲਰ ਕਰਲਰ ਨਾਲ ਕਰਨੇ ਕਰਲਸ, ਅਤੇ ਇਸ ਕਰਕੇ ਹੁਣ ਸੋਚਿਆ ਕਿ ਖੁਦ ਡੰਮੀ ਲੈਣੀ ਪੈਣੀ 2500 ਦੀ। ਖਰਚਾ ਬੜਾ ਵਾ, ਇਕੱਲਾ 60000 ਨਹੀਂ ਆ, ਹੋਰ ਬੜੇ ਖਰਚੇ ਆ। ਚਲੋ ਗਾਇਸ, ਅਤੇ ਅੱਜ ਸਾਡੇ ਦੋਸਤ ਜਿਹੜੇ ਹੁਣ ਆਏ ਹੋਏ ਸੀ ਲਹਿੰਗੇ ਅਤੇ ਆਪਣੇ ਦੂਸਰੇ ਜਵੈਲਰੀਜ਼, ਅਤੇ ਇਹਨਾਂ ਦੇ ਦੇਖੋ ਕਿੱਡੀ ਕਿੱਡੀ ਧੂਮ। ਮੈਂ ਸਾਰਾ ਉਹ ਲੈ ਲਿਆ ਆਪਣਾ ਸਿੰਪਲ ਜਿਹਾ ਕੰਮ, ਮੈਂ ਬੜਾ ਸਿੰਪਲ ਜਿਹਾ ਲੈ ਲਿਆ ਅਤੇ ਹੈਵੀ ਲੈ ਰਹੇ ਆ। ਵਾਓ, ਅਸੀਂ ਸਾਡਾ ਟਾਈਮ ਆ, ਮਤਲਬ ਉਹਨਾਂ ਦੇ ਲੱਗਣਾ ਕਿ ਜਿਵੇਂ ਸਿੰਪਲ ਹੀ ਆ। ਅੱਜ ਸਾਡਾ ਮਤਲਬ ਸੈਕਿੰਡ ਡੇ ਸੀਗਾ, ਅਸੀਂ ਕਰਲ ਸਿੱਖੇ ਆ ਪਾਉਣੇ, ਤੇ ਦੇਖ ਸਕਦੇ ਹਾਂ ਤੁਸੀਂ, ਤੁਹਾਨੂੰ ਦਿਖਾ ਨਹੀਂ ਸਕੇ ਕਿਉਂਕਿ ਉਦੋਂ ਸਿੱਖਣ ਦਾ ਟਾਈਮ ਸੀਗਾ ਤੇ ਆਵੇਗੀ ਥੋੜ੍ਹੇ ਥੋੜ੍ਹੇ। ਚਲੋ ਆ ਗਿਆ ਹੈ ਨਾ, ਅੱਜ ਸਟੇਟਨਰ ਨਾਲ ਕਰਲ ਸੀਗੇ ਅਤੇ ਸਾਨੂੰ ਕੁਛ ਚੀਜ਼ਾਂ ਹੁਣ ਪਤਾ ਲੱਗੀਆਂ, ਜਿਵੇਂ ਪੋਰਟਫੋਲੀਓ ਮੈਂ ਤੁਹਾਨੂੰ ਦੱਸਿਆ ਸੀ ਉੱਦਣ ਵੀ ਕਿ ਪੋਰਟਫੋਲੀਓ ਹੁੰਦਾ ਜੋ ਮਾਡਲ, ਇੱਕ ਆ ਮਾਡਲ ਲਈ ਲਹਿੰਗਾ ਖੁਦ ਅਸੀਂ ਲੈਣਾ, ਜੋ ਵੀ ਲੈਣਾ ਸਾਰਾ ਕੁਛ ਅਸੀਂ ਲੈਣਾ ਆਪਦੇ ਪੈਸੇ, ਸਾਡਾ ਸਿਰਫ 60000 ਇੱਕ ਵਾਰੀ ਦੇ ਤਾ, ਬਾਕੀ ਸਾਡੇ ਪੈਸੇ ਲੱਗਣੇ ਸਾਰੇ। ਅਤੇ ਹੁਣ ਸਾਡੇ ਲਹਿੰਗੇ ਆ ਜਿਹੜੇ, ਲਹਿੰਗੇ ਦਾ ਕੱਲ੍ਹ ਅਸੀਂ ਮਤਲਬ ਬੁੱਕ ਕੀਤਾ, ਕੱਲ੍ਹ ਅਸੀਂ 1000 ਰੁਪਈਆ ਦੇ ਕੇ ਆਏ ਹਾਂ ਅਤੇ ਹੁਣ ਉਹਦਾ ਭਾਈ ਦਾ ਫੋਨ ਆਇਆ ਕਿ ਸਿਕਿਉਰਿਟੀ ਵੀ ਦੇਵੋ, ਅਤੇ ਮਤਲਬ ਪੂਰਾ 3000 ਅਸੀਂ ਉਹਨੂੰ ਦੇਣਾ ਵਾ, ਅਤੇ ਜੇ ਸਾਡਾ ਕੋਈ ਚੀਜ਼ ਨਹੀਂ ਮਿਸ ਹੋਈ ਹਾਰ ਹੂਰ 'ਚੋਂ, ਫਿਰ ਉਹਨੇ ਸਾਨੂੰ 1000 ਰੁਪਈਆ ਵਾਪਸ ਕਰਨਾ, ਨਹੀਂ ਤਾਂ ਉਹ ਵੀ ਰੱਖ ਲੈਣਾ ਉਹਨੇ। 3000 ਉਹ ਹੋ ਗਿਆ, ਫਿਰ ਡੰਮੀਜ਼ ਵਾ, ਡੰਮੀਜ਼ ਵੀ ਲੈ ਕੇ ਆਓ, 2500 ਦੀ ਡੰਮੀ ਆ। ਫਿਰ ਜੇ ਸਟੇਟਨਰ ਕਰਲਰ ਉਹ ਚਲੋ ਆਪਾਂ ਆਪਦਾ ਹੀ ਲੈਣਾ ਹੁੰਦਾ, ਉਹ ਵੱਖਰੀ ਗੱਲ ਆ। ਫਿਰ ਜਿਹੜੀਆਂ ਮਾਡਲਾਂ ਕੀਤੀਆਂ ਮੇਰੀ, ਚੱਲ ਠੀਕ ਆ, ਮੈਂ ਪਹਿਲਾਂ ਕਿਤੇ ਕਰ ਕੁਰ ਲਈ 1700 ਦੀ ਮੇਰੀ, ਇਹਨਾਂ ਦੀ 2500 ਦੀ ਮਾਡਲ, ਹਾਂ ਬਾਕੀ ਉਹ ਵੀ ਨਹੀਂ ਪਤਾ। ਅਤੇ ਹਾਂ, 3000 ਉਹ ਹੋ ਗਿਆ, 2000 ਲਾ ਲਓ ਉਹ ਵੀ, 5 ਤਾਂ ਆਹੀ ਆ ਕੱਲ੍ਹ ਜਿਹੜਾ ਅਸੀਂ ਲਾਉਣਾ। ਮਤਲਬ ਕਹਿੰਦਾ ਕਿ ਜਦੋਂ ਆਪਾਂ ਕਹਿੰਦੇ ਨਾ ਕਿ 60000 ਉੱਥੇ ਉਹਨੇ ਲੈਣਾ, ਉਹ 60000 ਨਹੀਂ ਹੁੰਦਾ, ਅੰਦਰੋਂ ਅੰਦਰ ਹੀ ਬਹੁਤ ਕੁਛ ਹੁੰਦਾ ਜੋ ਆਪਾਂ ਨੂੰ ਪਤਾ ਨਹੀਂ ਹੁੰਦਾ। ਹਾਂ, ਸਾਡਾ ਬੈਂਕ ਬੈਲੈਂਸ ਖਤਮ ਹੋ ਚੁੱਕਿਆ, ਹੁਣ ਅਸੀਂ ਫੋਨ ਕਰਕੇ ਮੰਗਣ ਜੋਗੇ ਨਹੀਂ ਆ। ਹੁਣ ਮੈਂ ਕਿਹਾ ਜਿਸ ਕਾਰਨ ਚਲੋ ਫੋਨ ਲਾਉਂਦੇ, ਉਹ ਕਹਿੰਦਾ ਬਸ ਬਸ ਕੱਢ ਦਿਓ ਡੈਡੀ, ਮਤਲਬ ਉਹ ਪੈਸੇ ਵੀ ਨਹੀਂ ਦਿੰਦੇ ਪਏ, ਇਤਨੀ ਬੁਰੀ ਹਾਲਤ ਹੋ ਗਈ ਆ, ਮੇਰੇ ਕੋਲ ਪੈਸੇ ਕੋਈ ਨਹੀਂ ਰਹਿ ਗਏ ਗਾਇਸ। ਅਤੇ ਪਰ ਕਰਨਾ ਪੈਣਾ, ਹੁਣ ਮੈਂ ਫੋਨ ਕਰਦੀ ਉਹਨਾਂ ਨੂੰ, ਮੈਂ ਤੁਹਾਨੂੰ ਦੱਸਿਆ ਕਿ ਇੱਦਾਂ ਹੁੰਦਾ, 60000 ਵੱਖਰੇ ਅਲੱਗ ਬੜੇ ਬੜਾ ਖਰਚਾ ਹੁੰਦਾ ਜਿਹੜਾ ਬਾਅਦ 'ਚ ਆਪਾਂ ਨੂੰ ਪਤਾ ਲੱਗਦਾ। ਮੈਂ ਕਿਹਾ ਕਿ ਆਪਣੇ ਕੋਲ ਇੱਕ ਇਹੋ ਜਿਹਾ ਪਲੈਟਫਾਰਮ ਹੈਗਾ ਜਿਹੜਾ ਆਪਾਂ ਦੱਸ ਸਕੀਏ, ਜੇ ਕੋਈ ਸਿੱਖਣਾ ਚਾਹੁੰਦਾ ਵਾ। ਉੱਦਾਂ ਮੈਡਮ ਹੈ ਨਾ ਜਿਹੜੀ, ਐਵੀਪ੍ਰੀਤ ਹੈ ਨਾ, ਉਹਨਾਂ ਦਾ ਸੁਭਾਅ ਬਹੁਤ ਵਧੀਆ, ਮਤਲਬ ਉਹਨਾਂ ਦਾ ਨਾ ਨੇਚਰ ਬਹੁਤ ਵਧੀਆ, ਕੰਮ ਵੀ ਵਧੀਆ ਸਿਖਾਉਂਦੇ ਬਹੁਤ ਵਧੀਆ, ਪਰ ਮੈਂ ਇਹ ਦੱਸਿਆ ਕਿ ਖਰਚੇ ਬਹੁਤ ਆ। ਹਾਂ ਹੈ ਨਾ, ਬਸ। ਹੈਲੋ ਗਾਇਸ, ਰਾਤ ਦੀ 11 ਵੱਜ ਚੁੱਕੀ ਹੈ ਔਰ ਅਸੀਂ ਕੀ ਕਰ ਰਹੇ ਹਾਂ? ਕਰਲਸ ਸਿੱਖ ਰਹੇ ਹਾਂ। ਤੁਸੀਂ ਕੀ ਕਰ ਰਹੇ ਹੋ ਮੈਮ? ਮੈਂ ਸਕਿਨ ਕੇਅਰ। ਅੱਜ ਤੁਸੀਂ ਵੀ ਕਰਾਉਣੇ ਜੇ ਕਰਲਸ ਕਿਸੇ ਨੇ ਤਾਂ। ਸਾਡੇ ਜਿਹੜੇ ਕਰਲਸ ਆ ਦੇਖੋ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਮੇਰੇ ਕਰਲਸ, ਦੀਦੀ ਹੁਣਾਂ ਨੇ ਪਾਏ ਆ। ਪਰ ਟਾਈਮ ਦੇਖੋ ਸਾਡਾ, ਟਾਈਮ ਨਾ ਦੱਸੀ ਪਲੀਜ਼, ਟਾਈਮ ਦੇਖੋ, ਟਾਈਮ ਨਹੀਂ
ਚਲੋ ਗਾਇਸ ਤੇ ਅੱਜ ਆਪਣਾ ਹੈਗਾ ਪੋਰਟਫੋਲੀਓ ਡੇ, ਮਤਲਬ ਜਿਸ ਦਿਨ ਆਪਾਂ ਇੱਕ ਬ੍ਰਾਈਡਲ ਖੁਦ ਤਿਆਰ ਕਰਨੀ ਹੈ ਤੇ ਜਿਹਨਾਂ ਦੇ ਅਸੀਂ ਲਹਿੰਗੇ ਲੂੰਗੇ ਸਾਰਾ ਕੁਛ ਡਿਸਾਈਡ ਕਰਕੇ ਆਏ ਸੀ ਤੇ ਹੁਣ ਉਹਨਾਂ ਨੂੰ ਅਸੀਂ ਤਿਆਰ ਕਰਨ ਚੱਲੇ ਅੱਜ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਕਿਵੇਂ ਕਰਨ ਲੱਗੇ ਹਾਂ ਤੇ ਬਾਕੀ ਉਤਰਨਾ ਬੜਾ ਔਖਾ ਇੱਥੋਂ ਹੌਲੀ ਉਤਰ ਕੇ ਮਿਲਦੇ ਹਾਂ। ਚਲੋ ਗਾਇਸ ਤੇ ਅੱਜ ਅਸੀਂ ਆ ਗਏ ਉੱਥੇ ਪੋਰਟਫੋਲੀਓ ਵੀ ਤਿਆਰ ਕਰਨ, ਮੇਰੀ ਮਾਡਲ ਵੀ ਹੈਗੀ, ਮੈਂ ਬਾਹਰ ਆਈ ਸਪੈਸ਼ਲ, ਮੈਂ ਕਹਿੰਦਾ ਸ਼ੂਟ ਕਰ ਲਾਂ ਫਿਰ ਤੁਹਾਨੂੰ ਹੁਣ ਦਿਖਾਉਂਦੀ ਹਾਂ ਮੈਂ, ਉਹਨੇ ਬਲਾਊਜ਼ ਅਜੇ ਪਾਇਆ ਅੱਗੋਂ ਤਿਆਰ ਕਰਨਾ ਦਿਖਾਉਂਦੀ। ਚਲੋ ਚਲੋ ਗਾਇਸ ਤੇ ਅਸੀਂ ਪਹੁੰਚ ਗਏ ਆਪਦਾ ਮਾਡਲਸ ਨੂੰ ਤਿਆਰ ਕਰਨ ਲਈ ਅਤੇ ਹੁਣ ਤੁਹਾਨੂੰ ਮੇਰੀ ਵਾਲੀ ਨਾਲ ਮਿਲਵਾਉਂਦੀ ਹਾਂ ਜਿਹਨੂੰ ਮੈਂ ਤਿਆਰ ਕਰਨੀ। ਮੈਂ ਇਹਨਾਂ ਨੂੰ ਤਿਆਰ ਕਰ ਲਿਆ, ਲੈਂਸ ਪਾ ਲੇ। ਚਲੋ ਸੋਹਣਾ ਹੋ ਗਿਆ, ਬਲੱਸ਼ ਵਗੈਰਾ ਹੋ ਗਿਆ ਸਾਰਾ ਕੁਛ, ਬਸ ਥੋੜ੍ਹਾ ਰਹਿ ਗਿਆ ਜਵੈਲਰੀ। ਜਵੈਲਰੀ ਠੀਕ ਹੈ, ਕਿੱਦਾਂ ਚਲੋ ਵੈਸੇ ਤੇ ਇੱਥੇ ਸ਼ੂਟ ਚੱਲਦਾ ਪਿਆ, ਬ੍ਰਾਈਡਲ ਤਿਆਰ ਕੀਤਾ ਸੀਗਾ ਜਿਹਨਾਂ ਨੂੰ। ਇਹਨਾਂ ਨੂੰ ਮੈਂ ਕੀਤਾ ਭਾਬੀ ਵਾਲੇ। ਸਿਰਫ 15 ਮਿੰਟ ਸਰਟੀਫਿਕੇਟ ਮਿਲਣ ਲੱਗਾ।
ਅੱਛਾ ਕੰਟਰਾਸਟ ਵਿਦ ਪਰਪਲ ਇਜ਼ ਅਮੇਜ਼ਿੰਗ ਸ਼ੀ ਇਜ਼ ਡੂਇੰਗ ਅਮੇਜ਼ਿੰਗ ਜੌਬ ਆਈ ਥਿੰਕ ਤੁਹਾਨੂੰ ਇਹਦਾ ਪੇਜ ਤਾਂ ਫੋਲੋ ਕਰਨਾ ਹੀ ਚਾਹੀਦਾ ਹੈ ਬਟ ਇਹਦੇ ਕੋਲ ਅਗਰ ਵਿਜ਼ਿਟ ਵੀ ਕਰਨਾ ਚਾਹੀਦਾ ਹੈ ਔਰ ਬਹੁਤ ਅੱਛਾ ਕੰਮ ਕਰਦੇ ਹੈ ਥੈਂਕ ਯੂ ਗੁੱਡ ਮਾਰਨਿੰਗ ਬਾਏ ਚਲੋ ਗਾਇਸ ਤੇ ਹੁਣ ਅਸੀਂ ਜਾਂਦੇ ਪਏ ਹਾਂ ਘਰੇ ਸਾਰਾ ਸਮਾਨ ਜਿੰਨਾ ਕੁ ਜਾਣਾ ਸੀ ਆਹ ਸਾਨੂੰ ਮਿਲੇ ਸੀ ਸੱਚੀ ਦਿਖਾਈ ਨਹੀਂ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਮੈਡਮ ਨੇ ਸਰਟੀਫਿਕੇਟ ਆਪਣੇ ਕਿੱਥੇ ਆ ਹੈਗੇ ਆ ਸਰਟੀਫਿਕੇਟ ਵੀ ਦਿੱਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਘਰੇ ਜਾ ਕੇ ਹੁਣ ਘਰੇ ਜਾ ਕੇ ਮਿਲਦੇ ਆ ਹਾਂ ਇੰਟਰਨੈਸ਼ਨਲ ਸਮਝ ਗਿਆ ਚਲੋ ਗਾਇਸ ਹੁਣ ਘਰੇ ਆ ਗਏ ਆ ਘਰੇ ਨਾ ਜਦੋਂ ਅਸੀਂ ਮੈਂ ਆਉਣੀ ਹੁੰਦੀ ਨਾ ਮੈਂ ਸਪੈਸ਼ਲ ਮੈਂ ਨਾ ਮਤਲਬ ਮੈਨੂੰ ਨਾ ਘਰੇ ਆ ਕੇ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬੜੀ ਸ਼ਰਮ ਆਉਂਦੀ ਹੁੰਦੀ ਅਤੇ ਮੈਂ ਫਿਰ ਉਹ ਵਲੌਗ 'ਚ ਨਹੀਂ ਲੈਂਦੀ ਹੁੰਦੀ ਅਤੇ ਦੂਰੋਂ ਹੀ ਸਤਿ ਸ਼੍ਰੀ ਅਕਾਲ ਅਤੇ ਚਲੋ ਤੁਹਾਨੂੰ ਦੱਸ ਦਈਏ ਕੀ ਮਿਲਿਆ ਸਾਨੂੰ ਆਹ ਕੁਛ ਇੱਦਾਂ ਬਕਸਾ ਮਨੀ ਰਾਮ ਬਲਵੰਤ ਰਾਏ ਇੱਦਾਂ ਸਾਨੂੰ ਮਿਲੇ ਨਾਲ ਪੋਰਟਫੋਲੀਓ ਸੀ ਨਾ ਸਾਡਾ ਬ੍ਰਾਈਡਲ ਸ਼ੂਟ ਸੀਗਾ ਅਤੇ ਨਾਲ ਇਹ ਬੈਗ ਮਿਲਿਆ ਅਤੇ ਨਾਲ ਆਪਾਂ ਨੂੰ ਮਿਲਿਆ ਵਾ ਸਰਟੀਫਿਕੇਟ ਆਹ ਵਾਲਾ ਡਿਪਲੋਮਾ ਪੁੱਠਾ ਦੇਖਦਾ ਪਿਆ ਚਲੋ ਸਭ ਤੋਂ ਪਹਿਲਾਂ ਆਪਾਂ ਨੂੰ ਮਿਲਿਆ ਵੈਟ ਵਾਈਪਸ ਓਕੇ ਫਿਰ ਆਪਾਂ ਨੂੰ ਮਿਲਿਆ ਵਾ ਬਿਊਟੀ ਬਲੈਂਡਰ ਫਿਰ ਆਪਾਂ ਨੂੰ ਮਿਲਿਆ ਆਈਲੈਸ਼ਿਜ਼ ਮੈਂ ਕੁੜੀ ਦੇ ਲਾਉਣੀਆਂ ਸੀਗੀਆਂ ਲਾ ਦਿੱਤੀਆਂ ਸੀ ਵੈਸੇ ਮੈਂ ਭਾਬੀ ਨੂੰ ਦਿੱਤੀ ਸੀ ਉਹ ਫਿਰ ਹੋਰ ਲੈ ਲਈਆਂ ਉਹਨਾਂ ਨੇ ਅਤੇ ਫਿਰ ਆਪਾਂ ਆਹ ਦੇ ਵਿੱਚ ਕੁਛ ਇੱਦਾਂ ਵਾ ਲਿਖਿਆ ਹੋਇਆ ਵਾ ਨਯਾ ਸਿਨੇਮਾਈਡ ਔਰ ਮੋਰਿੰਗਾ ਆਇਲ ਇਹ ਆਪਾਂ ਖੋਲ੍ਹ ਕੇ ਦੇਖਦੇ ਕਿੱਦਾਂ ਦਾ ਵਾ ਬਾਅਦ ਵਿੱਚ ਐਂਡ 'ਤੇ ਦੇਖਦੇ ਹਾਂ ਫਿਰ ਆਪਾਂ ਨੂੰ ਮਿਲਿਆ ਵਾ ਸਿਟਾਫਿਲ ਇਹ ਹੈਗਾ ਵਾ ਓਇਲੀ ਸਕਿਨ ਕਲੀਨਜ਼ਰ ਠੀਕ ਆ ਫਿਰ ਆਪਾਂ ਨੂੰ ਮਿਲਿਆ ਵਾ ਕੈਫੀਨ ਦਾ ਸਕ੍ਰੱਬ ਬੋਡੀ ਸਕ੍ਰੱਬਾ ਵਾਲਾ ਕੈਫੀਨ ਦਾ ਅਤੇ ਫਿਰ ਆਪਾਂ ਨੂੰ ਮਿਲਿਆ ਵਾ ਹਾਈਲਾਈਟਰ ਫੈਸ਼ਨ ਕਲਰ ਦਾ ਇੱਦਾਂ ਦਾ ਇਹ ਇੱਕ ਬ੍ਰੈਂਡ ਆ ਆਹ ਠੀਕ ਠਾਕ ਨਾ ਇੱਕ ਬ੍ਰੈਂਡ ਆ ਪਤਾ ਨਹੀਂ ਕਿਹੜਾ ਅਮੈਰੀਕਾ ਦੀ ਕੰਪਨੀ ਆ ਕੋਈ ਉੱਥੋਂ ਗੈਟਾ ਸਕਾਰਡ 'ਤੇ ਆਏ ਕਾਫੀ ਮਹਿੰਗਾ ਮਤਲਬ ਬਾਅਦ ਮੈਨੂੰ ਲੱਗਦਾ ਵੈਸੇ ਉਹਨਾਂ ਨੇ ਕਾਪੀ ਜੀ ਕੱਢੀ ਹੋਈ ਫੈਸ਼ਨ ਕਲਰ ਦੀ ਇੱਦਾਂ ਦੀ ਸ਼ੇਪ ਵਿੱਚ ਅਤੇ ਹਾਈਲਾਈਟਰ ਆਹ ਹੈਗੀ ਰੀਕੋਡ ਦੀ ਲਿਪ ਅਤੇ ਚੀਕ ਬਾਮ ਲਿਪ ਐਂਡ ਚੀਕ ਬੈਸਟ ਪਾਰਟ ਇਹ ਦੋ ਮਿਲੀਆਂ ਇਹ ਆ ਬ੍ਰੇਕਿੰਗ ਦਾ ਰੂਲਸ ਇਹਦੇ 'ਤੇ ਲਿਖਿਆ ਵਾ ਬੈਸਟ ਪਾਰਟ ਇਹ 'ਤੇ ਲਿਖਿਆ ਬ੍ਰੇਕਿੰਗ ਦਾ ਰੂਲਸ ਇਹ ਵੀ ਆਪਾਂ ਖੋਲ੍ਹ ਕੇ ਦੇਖਦੇ ਹਾਂ ਇਹਨਾਂ ਦੋਵਾਂ 'ਚ ਫਰਕ ਕੀ ਆ ਫਿਰ ਆਪਣੇ ਕੋਲ ਲਾਸਟ ਆਇਆ ਵਾ ਫੇਸ ਸਕ੍ਰੱਬ ਉਹ ਸੀਗਾ ਬੋਡੀ ਸਕ੍ਰੱਬ ਛੋਟਾ ਜਿਹਾ ਇਹ ਆ ਫੇਸ ਸਕ੍ਰੱਬ ਇਹ ਵੀ ਕੈਫੀਨ ਦਾ ਵਾ ਅਤੇ ਫਿਰ ਆਪਣੇ ਕੋਲ ਰਹਿ ਗਿਆ ਵਾ ਫਾਊਂਡੇਸ਼ਨ ਇੱਦਾਂ ਦੇ ਪਾਊਚਾਂ 'ਚ ਛੋਟੇ ਛੋਟੇ ਫੈਸ਼ਨ ਕਲਰ ਦੇ ਪਲੈਟੀਨਮ ਦੇ ਫਾਊਂਡੇਸ਼ਨ ਆ ਇੱਕ ਐਵੇਂ ਦਾ ਫਿਰ ਇੱਕ ਐਵੇਂ ਦਾ ਫਿਰ ਹੈਗਾ ਆਪਣਾ ਚਾਰ ਫਾਊਂਡੇਸ਼ਨ ਐਡੇ ਛੋਟੇ ਛੋਟੇ ਮਿਲੇ ਕਲਰਫੁੱਲ ਜੇ ਅਤੇ ਠੀਕ ਆ ਖਾਲੀ ਹੋ ਗਿਆ ਹੁਣ ਆਪਣੇ ਕੋਲ ਅਤੇ ਹੁਣ ਜਿਹੜੀ ਚੀਜ਼ ਆਪਾਂ ਨਹੀਂ ਖੋਲ੍ਹੀ ਹੁਣ ਆਪਾਂ ਉਹ ਖੋਲ੍ਹ ਕੇ ਦਿਖਾਉਂਦੇ ਤੁਹਾਨੂੰ ਚਲੋ ਗਾਇਸ ਇਹਦੇ 'ਤੇ ਕੁਛ ਤੁਹਾਨੂੰ ਇੱਦਾਂ ਦੇਖ ਲਓ ਵਿਦ ਗੁੱਡਨੈਸ ਆਫ
ਨਿਆਸਿਨਮਾਈਟ ਐਂਡ ਮੋਰਿੰਗਾ ਆਇਲ 50 ਗ੍ਰਾਮ। ਵਾਓ ਦਿੱਕਤ ਨਾ ਨਿਕਾਲਨੇ ਮੈਂ ਤਕਲੀਫ ਹੋ ਗਏ ਹੈਂ। ਇੱਕ ਮਿੰਟ ਇਹ ਹੈਗਾ ਵਿੱਚੋਂ ਇੱਦਾਂ ਦਾ ਅਤੇ ਬਾਕੀ ਲਗਾਉਣਾ ਕਿਵੇਂ ਇਹ ਸਾਰਾ ਕੁਛ ਹਾਈਡਰਾ ਜੈੱਲ ਆਏ ਇਹ ਨਹੀਂ ਪਤਾ ਹੈ। ਸੋਹਣੀ ਘੈਂਟ ਪੈਕਿੰਗ ਆ ਤੂੰ ਤੇਰ ਪ੍ਰਾਈਜ਼ ਵੀ ਕਾਫੀ ਆ। ਪ੍ਰਾਈਜ਼ ਹੈਗਾ ਕੁਛ 1300 ਸੀਗਾ ਸ਼ਾਇਦ, ਹਾਂ 1320 ਆ। ਹੋਇਆ ਵਾ ਬ੍ਰੇਕਿੰਗ ਦਾ ਰੂਲਸ, ਇੱਕ ਤੇ ਲਿਖਿਆ ਹੋਇਆ ਬੈਸਟ ਪਾਰਟ। ਅੱਛਾ ਅਤੇ ਇਹਦੇ ਵਿੱਚ ਗਏ ਫਰਕ ਥੋੜ੍ਹਾ ਇੱਦਾਂ ਵਾ ਕਿ ਇਹ ਥੋੜ੍ਹਾ ਹੈਗਾ ਵਾ ਬਰਾਊਨ 'ਚ ਪੈ ਜਾਂਦਾ, ਇਹ ਬਿਲਕੁਲ ਰੈੱਡ ਆ। ਉੱਪਰ ਪਸੀਨਾ ਜਿਹਾ ਕਿਵੇਂ ਆਇਆ ਇਹ ਜੂਮ ਕਰੋ। ਚਲੋ ਗਾਇਸ ਤੇ ਹੁਣ ਟਾਈਮ ਕਾਫੀ ਹੋ ਗਿਆ, ਮੈਨੂੰ ਲੱਗਦਾ ਟਾਈਮ ਆਪਣਾ ਹੋ ਗਿਆ ਵਾ, ਹਾਂ 9:15 ਹੋ ਗਿਆ। ਅਤੇ ਘਰ ਅਸੀਂ ਆ ਗਏ ਸੀ, ਫਿਰ ਅਸੀਂ ਸੋਮਵਾਰ ਜਾਣਾ, ਸਾਨੂੰ 3 ਦਿਨ ਦੀ ਛੁੱਟੀ ਸੀ, ਫਿਰ ਅਸੀਂ ਸੋਮਵਾਰ ਜਾਣਾ ਵਾ। ਸਾਡਾ ਹੁਣ ਹੇਅਰ ਸਟਾਈਲ ਦਾ ਬਸ 8 ਦਿਨ ਦਾ ਰਹਿ ਗਿਆ, 24 ਤਰੀਕ ਨੂੰ ਅਸੀਂ ਘਰ ਵਾਪਸ ਆ ਜਾਣਾ, ਸਾਡਾ ਹੋ ਜਾਣਾ ਪੂਰਾ ਕੰਪਲੀਟ। ਗਾਇਸ ਘਰ ਆ ਗਈ ਰੱਜੀ, ਅਗਲਾ ਦਿਨ ਆ, ਠੀਕ ਹੈ, ਪ੍ਰੈਕਟਿਸ ਕਰਦੇ ਪਏ ਆ ਅਤੇ ਚੱਲ ਚੱਲ ਅਗਲੇ ਦਿਨ ਵੀ ਇੱਦਾਂ ਮਿਹਨਤਾਂ ਸਾਰੀ ਇਹਨਾਂ ਦੀਆਂ। ਚਲ ਜੀ ਐਂਡ ਕਰ ਦਿਓ, ਵੀਡੀਓ ਬਹੁਤ ਲੰਮੀ ਆ ਤੇਰੀ। ਚਲੋ ਗਾਇਸ ਬਾਏ। ਬਾਏ ਕੀ ਹੋ ਗਿਆ ਵੇਖ ਲਓ, ਪ੍ਰੈਕਟਿਸ ਵੀ ਕਰਦੇ ਪਏ ਆ। ਬਸ ਕਾਹ ਤੂੰ ਹੁਣ 40 ਮਿੰਟਾਂ ਦੀ ਪੋਣੀ ਹੈ।